ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਕਰੋੜੋਂ ਕਰੋੜ ਵਧਾਈਆਂ ਹੋਣ। ਸਾਧ ਸੰਗਤ ਜੀ, ਅੱਜ ਮੈਂ ਆਡੀਓ ਜਾਂ ਵੀਡੀਓ ਤੁਸੀਂ ਮੰਨ ਲਓ ਆਪਣੇ ਦਿਲ ਦੀ ਗੱਲ ਨੂੰ ਰੱਖਣ ਲਈ ਬਣਾ ਰਿਹਾ। ਬਹੁਤ ਦਿਨਾਂ ਤੋਂ ਮਨ ਦੇ ਵਿੱਚ ਗੱਲ ਸੀ, ਪਰ ਅੱਜ ਦਾ ਇਹ ਦਿਹਾੜਾ ਜਾਣਦਿਆਂ ਹੋਇਆਂ ਕਿ ਅੱਜ ਦੇ ਦਿਨ ਮਾਘੀ ਵੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵੀ ਹੈ, ਅਤੇ ਮੈਂ ਆਪਣੇ ਦਿਲ ਦੀ ਗੱਲ ਰੱਖਣ ਲਈ ਇਹਨੂੰ ਸਭ ਤੋਂ ਅੱਛਾ ਦਿਨ ਮੰਨ ਰਿਹਾ। ਪਿਆਰੀ ਸਾਧ ਸੰਗਤ ਜੀ, ਤੁਹਾਨੂੰ ਯਾਦ ਹੋਵੇਗਾ 25 ਦਸੰਬਰ ਅਤੇ 26 ਦਸੰਬਰ ਦੇ ਵਿੱਚ ਇੱਕ ਦੀਵਾਨ ਹੋਇਆ ਸੀਗਾ ਫਤਿਹਗੜ੍ਹ ਸਾਹਿਬ 'ਚ, ਅਤੇ ਉਹਦੇ 'ਚ ਭਾਈ ਮਨਿੰਦਰ ਸਿੰਘ ਜੀ ਨੇ ਇੱਕ ਬਹੁਤ ਹੀ ਸੋਹਣੀ ਕਵਿਤਾ ਪੜ੍ਹੀ ਸੀ। ਉਸ ਕਵਿਤਾ ਦੇ ਪੜ੍ਹਨ ਤੋਂ ਬਾਅਦ ਮੇ ਬੀ ਅਗਲੇ ਦਿਨ ਇੱਕ ਉਹਨਾਂ ਨੇ ਦੀਵਾਨ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹਿਤੀ ਸੀ ਕਿ ਮੇਰਾ ਆਖਰੀ ਪ੍ਰੋਗਰਾਮ ਹੈ। ਜਿਸ ਵੇ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਨਾ, ਸੱਚੀ ਮੇਰਾ ਸਿੱਖ ਕਿੱਥੇ ਹੈ? ਉਹ ਮੇਰਾ ਸਿੱਖ ਹੁੰਦਾ ਨਾ, ਅਤੇ ਉਹ ਕਲਗੀਆਂ ਵਾਲੇ ਦਾ ਸਿੱਖ ਹੁੰਦਾ ਨਾ, ਉਹਨਾਂ ਦੀ ਰੂਹ ਕੰਬ ਜਾਣੀ ਸੀ। ਤੁਸੀਂ ਇੱਕ ਦਿਨ ਉਹ ਵੀਡੀਓ ਸ਼ੇਅਰ ਕੀਤੀ ਹੋਊਗੀ, 2 ਦਿਨ ਵੀਡੀਓ ਸ਼ੇਅਰ ਕੀਤੀ ਹੋਊਗੀ ਨਾ, ਪਰ ਤੁਸੀਂ ਫਿਰ ਭੁੱਲ ਗਏ ਹੋ। ਇੱਦਾਂ ਦੇ ਕਿੰਨੇ ਇੰਸੀਡੈਂਟ ਹੈਗੇ ਆ, ਤੁਸੀਂ ਇੱਕ ਦਿਨ ਯਾਦ ਰੱਖੋਗੇ, 2 ਦਿਨ ਯਾਦ ਰੱਖੋਗੇ, 35 ਦਿਨ ਯਾਦ ਰੱਖ ਲਓਗੇ, ਬਟ ਫਿਰ ਭੁੱਲ ਜਾਓਗੇ। ਕਿਉਂ? ਕਿਉਂਕਿ ਸਾਡੇ ਲਈ ਇਹ ਚੀਜ਼ਾਂ ਇੰਪੋਰਟੈਂਟ ਹੀ ਨਹੀਂ ਰੱਖਦੀਆਂ ਹੁਣ। ਸਾਡੇ ਲਈ ਸਾਡੇ ਮਹਾਰਾਜ ਕੁਛ ਨਹੀਂ ਹੈਗੇ। ਅੱਜ ਦੇ ਟਾਈਮ ਅਸੀਂ ਆਪਣੇ ਰੁਝੇਵਿਆਂ 'ਚ ਇੰਨੇ ਰੁੱਝ ਚੁੱਕੇ ਹਾਂ, ਸਾਨੂੰ ਇਸ ਤੋਂ ਇਲਾਵਾ ਕੁਛ ਲੱਗਦਾ ਨਹੀਂ। ਚਲੋ ਮੰਨ ਲੈਂਦੇ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਬਿਜ਼ਨਸ ਕਰਦੇ ਹੋ, ਬਹੁਤ ਜ਼ਿਆਦਾ ਸੈਲਰੀ ਪਰਸਨ ਹੈਗੇ ਹੋ, ਪਰ ਤੁਸੀਂ ਗੁਰਦੁਆਰੇ ਜਾਂਦੇ ਹੋ, ਤੁਸੀਂ ਕਹਿੰਦੇ ਹੋ ਤੁਹਾਡੀ ਮੱਥਾ ਟੇਕ ਲਿਆ, ਗੁਰਦੁਆਰੇ ਵਿਜ਼ਿਟ ਕਰ ਲਿਆ, ਜੋ ਹੀ ਤੁਹਾਡਾ ਕੰਮ ਹੋ ਗਿਆ ਨਾ। ਜਦ ਤੱਕ ਤੁਸੀਂ ਆਪਣਾ ਘਰ ਸੁਧਾਰ ਨਹੀਂ ਸਕਦੇ ਨਾ, ਤੁਸੀਂ ਬਾਹਰ ਦੁਨੀਆ ਨੂੰ ਨਹੀਂ ਸੁਧਾਰ ਸਕਦੇ, ਜਿੰਨਾ ਮਰਜ਼ੀ ਕਰ ਲਓ। ਗੁਰੂ ਘਰ ਸਾਡਾ ਘਰ ਹੈ, ਗੁਰੂ ਦਾ ਘਰ ਸਾਡਾ ਵੀ ਘਰ ਹੈ। ਗੁਰੂ ਸਾਡਾ ਪਿਤਾ ਹੈ, ਉਹ ਸਾਡਾ ਘਰ ਹੈ, ਅਸੀਂ ਉਹਨੂੰ ਸੁਧਾਰ ਨਹੀਂ ਪਾ ਰਹੇ। ਜਦੋਂ ਤੁਸੀਂ ਆਪਣੇ ਗੁਰੂ ਘਰ ਨੂੰ, ਆਪਣੇ ਘਰ ਨੂੰ ਤੁਸੀਂ ਸੰਭਾਲਣ ਲਈ ਕਿਸੇ ਗਲਤ ਚੌਕੀਦਾਰ ਨੂੰ ਦੇ ਦੋਗੇ ਨਾ, ਹਮੇਸ਼ਾ ਤੁਸੀਂ ਚੰਗਾ ਚੌਕੀਦਾਰ ਹੀ ਚੁਣੋਗੇ। ਪਰ ਅੱਜ ਦੇ ਟਾਈਮ ਅਸੀਂ ਇਹੋ ਜਿਹੇ ਚੌਕੀਦਾਰ ਚੁਣੇ ਨੇ ਜੋ ਪੈਸੇ ਖਾ ਰਹੇ ਨੇ। SGPC 'ਚ ਦੇਖੋ ਤੁਸੀਂ ਕਿੰਨੇ ਘਪਲੇ ਹੋ ਰਹੇ। 1 ਅਰਬ ਦਾ ਬਜਟ ਹੈ ਜੋ ਕਿ 1 ਰੁਪਈਆ ਵੀ ਸਮਾਜ ਭਲਾਈ ਦੇ ਕੰਮ ਲਈ ਨਹੀਂ ਯੂਜ਼ ਹੋ ਰਿਹਾ। ਕੀ ਸਾਡੇ ਇੱਥੇ ਪੰਜਾਬ ਦੇ ਵਿੱਚ SGPC ਵੱਲੋਂ ਚਲਾਏ ਹੋਏ ਸਕੂਲ ਨਹੀਂ ਖੋਲ੍ਹ ਸਕਦੇ? ਕਿ ਇੱਥੇ ਉਹ ਨਿਹੰਗਾਂ ਦੇ, ਉਹ ਸਿੱਖਾਂ ਦੇ ਜੋ ਬਹੁਤ ਚਿਰਾਂ ਤੋਂ ਕੁਰਬਾਨੀ ਦਿੰਦੇ ਆ ਰਹੇ, ਜੋ ਪੱਕੇ ਸਿੱਖ ਨੇ, ਉਹਨਾਂ ਨੂੰ ਪੜ੍ਹਾਇਆ ਨਹੀਂ ਜਾ ਸਕਦਾ ਨਾ, ਉਹਨਾਂ ਨੂੰ ਗੌਰਮੈਂਟ ਸਕੂਲਾਂ ਦੇ ਵਿੱਚ ਜਾਣਾ ਪੈ ਰਿਹਾ। ਗੌਰਮੈਂਟ ਸਕੂਲ 'ਚ ਜਾਣਾ ਗਲਤ ਗੱਲ ਨਹੀਂ, ਮੈਂ ਵੀ ਗੌਰਮੈਂਟ ਸਕੂਲ ਦਾ ਪੜ੍ਹਿਆ ਹੋਇਆ, ਪਰ ਤੁਸੀਂ ਉਸ ਚੀਜ਼ ਦਾ ਸਟੈਂਡਰਡ ਹੀ ਨਹੀਂ ਵਧਾ ਪਾ ਰਹੇ। ਗੌਰਮੈਂਟ ਸਕੂਲ 'ਚ ਉਹੀ ਫੱਟੀ, ਉਹੀ ਟਾਟਾਂ, ਅਤੇ ਨਾ ਕੋਈ ਫੈਸਿਲਿਟੀ ਹੈਗੀ ਦੇਣ ਨੂੰ। ਕਿਉਂ ਉਹਨਾਂ ਦਾ ਸਟੈਂਡਰਡ ਇੰਗਲਿਸ਼ ਸਕੂਲਾਂ ਵਰਗਾ ਨਹੀਂ ਹੋ ਸਕਦਾ? ਕਿਉਂ ਉਹਨਾਂ ਦੇ ਸਕੂਲਾਂ ਦੇ ਵਿੱਚ ਕੰਪਿਊਟਰ, ਹਾਈਟੈਕ ਨੌਲੇਜ ਕਲਾਸਿਸ, ਈ ਕਲਾਸਿਸ ਨਹੀਂ ਆ ਸਕਦੀਆਂ? ਕਿਉਂਕਿ ਅਸੀਂ ਪੈਸੇ ਖਰਚਣਾ ਹੀ ਨਹੀਂ ਚਾਹੁੰਦੇ। ਮੈਨੂੰ, ਮੇਰਾ ਇੱਕ ਦੋਸਤ ਹੈ, ਉਹ ਈਸਾਈ ਧਰਮ ਨੂੰ ਬਿਲੋਂਗ ਕਰਦਾ, ਉਹ ਮੈਨੂੰ ਦੱਸ ਰਿਹਾ ਸੀ ਇੱਥੇ ਉਹਨਾਂ ਦੇ ਬੱਚਿਆਂ ਨੂੰ ਕਲਾਸਿਸ ਕਾਲਜਿਸ ਦੇ ਤੱਕ 'ਤੇ ਜਾਣ ਲਈ ਪੈਸੇ ਦਿੱਤੇ ਜਾਂਦੇ ਨੇ। ਕਿਉਂ ਨਾ ਲੋਕ ਜਾਣ ਜਦੋਂ ਉਹਨਾਂ ਨੂੰ ਪੈਸੇ ਮਿਲ ਰਹੇ?
ਜਦੋਂ ਉਹਨਾਂ ਦੀਆਂ ਸਹੂਲਤਾਂ ਪੂਰੀਆਂ ਹੋਣ, ਜਦ ਤੱਕ ਉਹਨਾਂ ਨੂੰ ਜੋਬ ਨਹੀਂ ਲੱਗਦੀ ਨਾ, ਉਹਨਾਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ। ਸਾਡੇ ਇੱਥੇ ਕੀ ਹੁੰਦਾ, ਸਾਡੇ ਇੱਥੇ ਸਿੱਖ ਧਰਮ ਪਹਿਲੀ ਗੱਲ ਤਾਂ 30 ਹਿੱਸਿਆਂ 'ਚ ਵੰਡਿਆ ਹੋਇਆ। ਮੈਨੂੰ 30 ਨਹੀਂ ਕਹਿਣਾ ਚਾਹੀਦੇ, ਮੈਨੂੰ 2 ਕਹਿਣਾ ਚਾਹੀਦੇ, ਪਰ ਮੈਂ 30 ਕਹਿ ਰਿਹਾ ਕਿਉਂਕਿ ਵਿੱਚ ਡੇਰੇ ਵੀ ਆ ਜਾਂਦੇ ਆ, ਪਤਾ ਨਹੀਂ ਕਿਹੜੇ ਕਿਹੜੇ ਡੇਰੇ ਆ। ਚਲੋ ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਡੇਰੇ ਨਹੀਂ ਜਾਣਾ ਚਾਹੀਦਾ, ਜਿੱਥੇ ਤੁਹਾਡਾ ਮਨ ਕਰਦਾ, ਜਿੱਥੇ ਤੁਹਾਨੂੰ ਸ਼ਾਂਤੀ ਮਿਲਦੀ ਹੈ, ਜੇ ਉਹ ਬੰਦਾ ਤੁਹਾਨੂੰ ਸੁਧਾਰਦਾ, ਭਾਵੇਂ ਜਿਹੜਾ ਮਰਜ਼ੀ ਹੋਵੇ, ਤੁਸੀਂ ਉਹਨੂੰ ਮੰਨੋ, ਪਰ ਉਹਨੂੰ ਗੁਰੂ ਨਾ ਮੰਨੋ, ਉਹਨੂੰ ਪ੍ਰਚਾਰਕ ਹੀ ਮੰਨੋ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਇੱਕੋ ਹੀ ਗੱਲ ਕਹਿ ਕੇ ਗਏ ਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਮੰਨਦਾ ਜਿਹੜਾ ਬੰਦਾ ਜਿੱਥੇ ਜਾ ਰਿਹਾ ਨਾ, ਪੱਕਾ ਉਹਨੂੰ ਕੁਛ ਨਾ ਕੁਛ ਉੱਥੋਂ ਮਿਲ ਜ਼ਰੂਰ ਰਿਹਾ ਹੋਣਾ, ਤਾਂ ਹੀ ਜਾ ਰਿਹਾ ਕੋਈ, ਕਿਉਂਕਿ ਕੋਈ ਵਿਹਲਾ ਨਹੀਂ ਹੁੰਦਾ ਦੂਜੇ ਪਾਸੇ ਜਾਣ ਨੂੰ। ਪਰ ਹਮੇਸ਼ਾ ਯਾਦ ਰੱਖਿਓ, ਉਹ ਪ੍ਰਚਾਰ ਹੀ ਹੈ ਸਿਰਫ, ਅਸਲੀ ਗੁਰੂ ਉਹ ਹੈ ਜੋ ਤੁਹਾਨੂੰ ਰਾਹ ਦਿਖਾਉਂਦਾ ਹਮੇਸ਼ਾ, ਜੋ ਕਦੀ ਗਲਤੀ ਨਹੀਂ ਕਰ ਸਕਦਾ। ਅਤੇ ਗੁਰੂ ਨਾਨਕ ਦੇਵ ਜੀ ਪਹਿਲੇ ਹੀ ਕਹਿ ਗਏ ਕਿ ਬਾਣੀ ਹੀ ਗੁਰੂ ਹੈ, ਬਾਣੀ ਹੀ ਗੁਰੂ ਹੈ। ਤੁਸੀਂ ਪਾਠ ਕਰਦੇ ਹੋ, ਰੋਜ਼ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਖ ਅਜੂਨੀ ਸੇਵਕ ਗੁਰਪ੍ਰਸਾਦ, ਤੁਹਾਨੂੰ ਇਸ ਚੀਜ਼ ਦਾ ਜੇ ਮਤਲਬ ਹੀ ਨਹੀਂ ਪਤਾ, ਜੇ ਤੁਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਨਹੀਂ ਆਏ ਨਾ, ਤਦ ਤੱਕ ਕੋਈ ਫਾਇਦਾ ਨਹੀਂ ਹੈ। ਬਟ ਚਲੋ ਅੱਜ ਮੇਰਾ ਟੌਪਿਕ ਇਹ ਨਹੀਂ ਆ, ਮੇਰਾ ਟੌਪਿਕ ਇਹ ਹੈ ਕਿ ਅਸੀਂ SGPC ਦੇ ਇਲੈਕਸ਼ਨ ਆ ਰਹੇ ਆ, ਉਹਦੇ ਵਿੱਚ ਕਿੱਦਾਂ ਦੇ ਬੰਦੇ ਭੇਜਣੇ ਆ। ਮੈਨੂੰ ਕੁਛ ਦੇਰ ਪਹਿਲਾਂ ਮੈਂ ਦੇਖਿਆ ਕਿ ਫੁਲਕਾ ਸਾਹਿਬ ਨੇ ਇਹ ਕਿਹਾ ਕਿ ਮੈਂ SGPC ਸਾਫ਼ ਕਰਨੀ ਹੈ। ਮੈਨੂੰ ਨਹੀਂ ਪਤਾ, ਮੈਨੂੰ ਵੈਸੇ ਵੀ ਆਪ, ਅਕਾਲੀ ਦਲ, ਕਾਂਗਰਸ, ਖਾਲਿਸਤਾਨ, ਮੈਨੂੰ ਕਿਸੇ 'ਤੇ ਕੋਈ ਵਿਸ਼ਵਾਸ ਨਹੀਂ ਰਿਹਾ ਹੁਣ, ਸਭ ਸਾਡੇ ਫੀਲਿੰਗਸ ਨਾਲ ਖੇਡਦੇ ਆ, ਸਭ ਸਾਡੇ ਸਾਨੂੰ ਪਾਗਲ ਮੂਰਖ ਬਣਾ ਕੇ ਜਾਂਦੇ ਆ। ਉਸ ਗੁਰੂ ਗੋਬਿੰਦ ਸਿੰਘ ਜੀ ਦੇ ਬਣਾਏ ਹੋਏ ਪੰਜਾਬ ਨੂੰ ਸਭ ਭੁੱਲ ਚੁੱਕੇ ਆ, ਪਰ ਮੈਨੂੰ ਮੇਰੇ ਪੰਜਾਬੀਆਂ 'ਤੇ ਹਜੇ ਵੀ ਭਰੋਸਾ ਹੈ। ਪਰ ਪੰਜਾਬੀਓ ਇੱਕ ਗੱਲ ਯਾਦ ਰੱਖੋ, ਜਦੋਂ ਵੋਟਾਂ ਦਾ ਟਾਈਮ ਆਉਂਦਾ, ਜਦੋਂ ਕੋਈ ਇਹੋ ਜਿਹਾ ਦਿਹਾੜਾ ਆਉਂਦਾ ਜਿਹਦੇ 'ਚ ਤੁਹਾਨੂੰ ਹੱਥ ਦੇ ਵਿੱਚ ਤਾਕਤ ਹੁੰਦੀ, ਤੁਸੀਂ ਉਦੋਂ ਸ਼ਰਾਬ ਦੇ ਵਿੱਚ ਰੋਲ ਕੇ ਜਾਂ ਕੁਛ ਲਾਲਚ 'ਚ ਆ ਕੇ ਗਲਤ ਬੰਦੇ ਨੂੰ ਕਿਉਂ ਵੋਟ ਪਾਉਂਦੇ ਹੋ? ਜਦ ਤੁਸੀਂ ਆਪਣੀ ਘਰ ਦੀ ਚਾਬੀ ਕਿਸੇ ਗਲਤ ਬੰਦੇ ਨੂੰ ਦੇ ਸਕਦੇ, ਤੁਹਾਡੀ ਤੁਸੀਂ ਗੁਰੂ ਘਰ ਦੀ ਚਾਬੀ ਕਿੱਦਾਂ ਕਿਸੇ ਗਲਤ ਬੰਦੇ ਨੂੰ ਦੇ ਸਕਦੇ ਹੋ? ਤੁਸੀਂ ਦੇਖੋ ਰੋਜ਼ ਕਿੰਨੇ ਸਕੈਮ ਹੋ ਰਹੇ ਆ ਦਰਬਾਰ ਸਾਹਿਬ ਦੇ ਵਿੱਚ। ਅੱਜ ਦੇ ਟਾਈਮ ਜਦੋਂ ਇਹ ਖਬਰ ਆਉਂਦੀ ਹੈ ਨਾ ਕਿ ਪੱਗਾਂ ਲੱਥ ਰਹੀਆਂ ਅਤੇ ਤਲਵਾਰਾਂ ਚੱਲ ਰਹੀਆਂ, ਮੇਰਾ ਸਿਰ ਝੁੱਕ ਜਾਂਦਾ ਸ਼ਰਮ ਨਾਲ। ਅੱਜ ਤੱਕ ਸਾਡੀ ਸਰਕਾਰ ਇਹ ਨਹੀਂ ਸੋਲਵ ਕਰ ਸਕੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਕਿਹਨੇ ਕੀਤੀ ਸੀ। ਰੋਣਾ ਆ ਜਾਂਦਾ ਉਸ ਸੀਨ ਨੂੰ ਯਾਦ ਕਰਕੇ ਵੀ। ਜਦੋਂ ਕੋਈ ਬੰਦਾ ਪ੍ਰਚਾਰਕ ਉਸ ਚੀਜ਼ ਦੇ ਖਿਲਾਫ਼ ਆਵਾਜ਼ ਚੱਕਦਾ ਹੈ ਤਾਂ ਉਹਨੂੰ ਦਬਾ ਦਿੱਤਾ ਜਾਂਦਾ ਹੈ, ਉਹਦੇ ਖਿਲਾਫ਼ ਛਬੀਲ ਲਾ ਦਿੱਤੀ ਜਾਂਦੀ ਹੈ, ਗੋਲੀਆਂ ਮਰਵਾਈਆਂ ਜਾਂਦੀਆਂ ਸਾਡੇ ਪ੍ਰਚਾਰਕਾਂ ਦੇ ਉੱਤੇ। ਕੌਣ ਮੂਹਰੇ ਆਏਗਾ? ਭਾਈ ਮਨਿੰਦਰ ਸਿੰਘ ਜੀ ਆਏ, ਭਾਈ ਬਲਦੇਵ ਸਿੰਘ ਵਡਾਲਾ ਜੀ, ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ ਇਹਨਾਂ ਨੇ ਦੂਰ ਕਰਤਾ, ਪਿੰਦਰਪਾਲ ਸਿੰਘ ਜੀ ਆਏ ਸੀ, ਸਭ ਇਹਨਾਂ ਨੇ ਖਤਮ ਕਰਤੇ। ਤੁਸੀਂ ਸਾਨੂੰ ਕਿੱਦਾਂ ਦਾ ਪੰਜਾਬ ਦੇ ਰਹੇ ਹੋ ਯਾਰ? ਇਹ ਬੰਦੇ ਕਿੱਥੋਂ ਖੜ੍ਹੇ ਹੋਣਗੇ?
ਮੈਂ ਤਾਂ ਕਹਿੰਦਾ ਢੱਡਰੀਆਂ ਵਾਲੇ ਜੀ ਬਹੁਤ ਹੀ ਹਿੰਮਤ ਨੇ ਜੋ ਹਜੇ ਵੀ ਚੱਕੀ ਜਾਂਦੇ ਪਏ, ਹਜੇ ਵੀ ਬੋਲੀ ਜਾ ਰਹੇ ਨੇ। ਕਈਆਂ ਦੀ ਤਾਂ ਹਿੰਮਤ ਹਟ ਚੁੱਕੀ ਹੈ, ਭਾਈ ਮਨਿੰਦਰ ਸਿੰਘ ਜੀ ਨੇ ਜੇ ਤਾਂ ਜਵਾਬ ਦੇ ਦਿੱਤਾ, ਹੋਰ ਵੀ ਕਈ ਦੇ ਦੇਣਗੇ ਜਵਾਬ, ਤਾਂ ਹੀ ਤਾਂ ਬੋਲਦੇ ਨਹੀਂ ਆ ਉਹ। ਇਹਨਾਂ ਬੰਦਿਆਂ ਦੇ ਲਿਫਾਫਿਆਂ 'ਚੋਂ ਜਥੇਦਾਰ ਕਿਉਂ ਨਿਕਲਣ? ਇੱਕ ਟਾਈਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹੀ ਦੱਸਿਆ ਸੀ ਕਿ ਧਰਮ ਜਿਹੜਾ ਹੈ ਉਹ ਰਾਜਨੀਤੀ ਤੋਂ ਉੱਪਰ ਹੋਣਾ ਚਾਹੀਦਾ ਹੈ, ਪਰ ਅੱਜ ਰਾਜਨੀਤੀ ਧਰਮ ਤੋਂ ਉੱਪਰ ਹੋ ਚੁੱਕੀ ਹੈ, ਰਾਜਨੀਤੀ ਧਰਮ ਨੂੰ ਚਲਾ ਰਹੀ, ਜਦਕਿ ਧਰਮ ਨੇ ਦੁਨੀਆ ਚਲਾਉਣੀ ਸੀ। ਧਰਮ ਕਿਸੇ ਨੂੰ ਚੰਗਿਆਈ 'ਚ ਰਾਹ 'ਚ ਪਾਉਣ ਲਈ ਹੀ ਆਏ ਸੀ, ਪਰ ਅੱਜ ਸਭ ਖਤਮ ਹੋ ਚੁੱਕਾ ਹੈ, ਕਿਉਂਕਿ ਅਸੀਂ ਧਿਆਨ ਹੀ ਨਹੀਂ ਦੇਣਾ ਚਾਹੁੰਦੇ। ਅਸੀਂ ਕਨੇਡਾ ਜਾਣਾ ਚਾਹੁੰਦੇ, ਅਮਰੀਕਾ ਜਾਣਾ ਚਾਹੁੰਦੇ ਹੋ, ਪਰ ਅਸੀਂ ਪੰਜਾਬ ਨੂੰ ਪੰਜਾਬ ਨਹੀਂ ਬਣਾਉਣਾ ਚਾਹੁੰਦੇ। ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗਾ ਕਿ ਪੰਜਾਬ ਦੇ ਨੂੰ ਅਸੀਂ ਕਿੱਦਾਂ ਸੁਧਾਰ ਸਕਦੇ ਹਾਂ, ਪਰ ਮੈਂ ਅੱਜ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡੇ ਪੰਜਾਬ 'ਚ ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਗਲਤ ਜਾ ਰਹੀਆਂ ਨੇ। ਸਾਨੂੰ ਲੋਕ ਨਸ਼ੇੜੀ ਕਹਿੰਦੇ ਆ, ਅਸੀਂ ਉਹਨਾਂ ਨੂੰ ਮੌਕੇ ਦਿੰਦੇ ਹਾਂ। ਕੋਈ ਸਾਡਾ ਗੁਰੂ ਨਾਨਕ ਦੇਵ ਜੀ ਵਾਲਾ ਪੰਜਾਬ ਕਿੱਥੇ ਆ ਯਾਰ? ਉਹ ਮੈਨੂੰ ਉਹ ਪੰਜਾਬ ਚਾਹੀਦਾ ਯਾਰ। ਜਿੱਥੇ ਮਰਜ਼ੀ ਜਾਓ, ਕੈਨੇਡਾ ਜਾਓ, ਅਮੈਰੀਕਾ ਜਾਓ, ਪਰ ਆਪਣੇ ਪੰਜਾਬੀ ਨੂੰ ਨਾ ਭੁੱਲੋ। ਇੱਥੇ ਇੱਕ ਇਹੋ ਜਿਹੀ ਸਟੇਬਲ ਗੌਰਮੈਂਟ ਦਿਓ ਕਿ ਤੁਹਾਡੀਆਂ ਪੀਣੀਆਂ ਖੁਸ਼ ਰਹਿਣ। ਜਿੱਥੇ ਮਰਜ਼ੀ ਚਲ ਜਾਓ, ਵਾਪਸ ਤੁਸੀਂ ਇੱਥੇ ਹੀ ਆਉਣਾ ਆ ਛੁੱਟੀਆਂ ਕੱਟਣ ਲਈ। ਸਾਨੂੰ ਉਹ ਪੰਜਾਬ ਚਾਹੀਦਾ ਹੱਸਦਾ ਵੱਸਦਾ ਪੀਲੇ ਰੰਗ ਦਾ ਵਿਸਾਖੀ ਵਾਲਾ ਪੰਜਾਬ, ਜਿਹੜੀਆਂ ਲੋਕ ਇਗਜ਼ੈਂਪਲਾਂ ਦਿੰਦੇ, ਲੋਕ ਸਾਡੀਆਂ ਇਗਜ਼ੈਂਪਲਾਂ ਦਿੰਦੇ ਸਾਡੇ ਬਹਾਦਰੀ ਦੀਆਂ। ਅੱਜ ਤਾਂ ਸਾਡੇ ਬਹਾਦਰ ਬੰਦੇ ਡਰ ਕੇ ਬੈਠੇ ਹੋਏ ਆ, ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਹੈ, ਹਿੰਮਤ ਹਾਰ ਚੁੱਕੇ ਯਾਰ, ਦਿਲ ਟੁੱਟ ਰਿਹਾ ਯਾਰ। ਪੰਜਾਬ ਨੂੰ ਕੌਣ ਬਚਾਊਗਾ? ਮੈਂ ਚਾਹੁੰਦਾ ਮੇਰਾ ਪੰਜਾਬ ਨਸ਼ਾ ਮੁਕਤ ਹੋਵੇ, ਮੈਂ ਚਾਹੁੰਦਾ ਕਿ ਜਿਹੜਾ SGPC ਹੈ ਉਹ ਖਰਚਾ ਕਰੇ ਅਤੇ ਉਹਦੇ ਵਿੱਚ ਸਕੂਲ ਬਣਨ ਚੰਗੇ, ਅਤੇ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇ ਉੱਥੇ। ਕਿਉਂ 1 ਅਰਬ ਦਾ ਬਜਟ ਕਿਤੇ ਹੋਰ ਚੱਲ ਜਾਂਦਾ ਸਾਨੂੰ ਨਹੀਂ ਪਤਾ। ਮੈਂ ਚਾਹੁੰਦਾ ਕਿ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਇਹ ਧਰਮ ਕਿਉਂ ਬੈਸਟ ਹੈ। ਜਦੋਂ ਇਹ ਸਕੂਲ ਖੁੱਲ੍ਹਣ, ਉਹਦੇ ਵਿੱਚ ਇੱਕ ਸਬਜੈਕਟ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਹੋਵੇ, ਦੱਸਿਆ ਜਾਵੇ ਲੋਕਾਂ ਨੂੰ, ਇਕੱਲੇ ਕਰਕੇ ਪਾਠ ਨਾ ਕਰਾਇਆ ਜਾਵੇ, ਉਹਨਾਂ ਕੀ ਫਾਇਦਾ ਹੋਣਾ? ਤੁਸੀਂ ਮੱਥਾ ਟੇਕ ਕੇ ਜਾਂਦੇ ਹੋ, ਕੀਰਤਨ ਸੁਣਨ ਜਾਂਦੇ ਹੋ, ਕੀਰਤਨ ਸੁਣ ਕੇ ਕੋਈ ਮਾੜਾ ਨਹੀਂ ਹੈ, ਪਰ ਜਦ ਤੱਕ ਉਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਲਿਆਇਆ ਹੀ ਨਹੀਂ, ਜੋੜਿਆ ਹੀ ਨਹੀਂ, ਉਹ ਫਾਇਦਾ ਕੀ ਹੈ? ਕੋਈ ਫਾਇਦਾ ਨਹੀਂ ਹੈ। ਬਹੁਤ ਲੋਕ, ਬਹੁਤ ਪ੍ਰਚਾਰਕ ਤੁਹਾਨੂੰ ਇਹ ਕਹਿ ਗਏ, ਪਰ ਤੁਸੀਂ ਕਥਾ ਸੁਣ ਕੇ ਕੀਰਤਨ ਸੁਣ ਕੇ ਵਾਪਸ ਆ ਜਾਂਦੇ ਹੋ, ਕੋਈ ਫਾਇਦਾ ਨਹੀਂ ਹੈ। ਜਾਂ ਲੋਕ ਲੰਗਰ ਖਾਣ ਜਾਂਦੇ ਆ, ਜਦੋਂ ਤੁਸੀਂ ਉਸ ਚੀਜ਼ ਨੂੰ ਫੋਲੋ ਹੀ ਨਹੀਂ ਕਰਨਾ, ਫਾਇਦਾ ਕੀ ਹੈ? ਬਹੁਤ ਚੀਜ਼ਾਂ ਜਿਹੜੀਆਂ ਅਸੀਂ ਚੇਂਜ ਕਰ ਸਕਦੇ ਹਾਂ। ਪਹਿਲਾਂ ਤਾਂ ਆਪਣੇ ਚੌਕੀਦਾਰ ਚੇਂਜ ਕਰੋ, ਵੋਟਾਂ ਆਉਣਗੀਆਂ SGPC ਦੀਆਂ, ਸਰਕਾਰ ਦੀਆਂ, ਚੰਗੇ ਬੰਦੇ ਚੁਣੋ,
ਨਾ ਵੇਚੋ ਆਪਣੀਆਂ ਵੋਟਾਂ ਯਾਰੋ, ਨਾ ਵੇਚੋ। ਇਹ ਸਾਡੀ ਬਹੁਤ ਕੀਮਤੀ, ਇੱਕੋ ਹੀ ਤਾਂ ਤਾਕਤ ਆ ਸਾਡੇ ਕੋਲ, ਅਸੀਂ ਕਿਸੇ ਨੂੰ ਢਾਹ ਵੀ ਨਹੀਂ ਸਕਦੇ, ਨਾ ਸਾਡੇ ਕੋਲ ਇੰਨੇ ਪੈਸੇ ਹੈਗੇ ਆ, ਪਰ ਅਸੀਂ ਚੰਗੇ ਬੰਦੇ ਨੂੰ ਵੋਟ ਤਾਂ ਪਾ ਸਕਦੇ ਹਾਂ ਨਾ। SGPC ਨੂੰ ਐਟਲੀਸਟ ਕਿਸੇ ਚੰਗੇ ਬੰਦੇ, ਐਟਲੀਸਟ ਜਿਹੜੇ ਸੁਰਜੀਤ ਪਾਤਰ ਵਰਗੇ ਜਿਹੜੇ ਚੰਗੇ ਪ੍ਰੋਫੈਸਰ ਹੈਗੇ, ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਇਹਨਾਂ ਦੀ ਕਮਾਂਡ। ਐਟਲੀਸਟ ਚੰਗੇ ਜਗ੍ਹਾ 'ਤੇ ਖਰਚੇ ਜਾਣਗੇ ਪੈਸੇ। ਹੋਸਪਿਟਲ ਕਿਉਂ ਨਹੀਂ ਖੋਲ੍ਹੇ ਜਾਂਦੇ? ਲੋੜਵੰਦ ਬੰਦੇ ਜਿਹੜੇ ਕੈਂਸਰ ਵਗੈਰਾ ਹੈਗੇ, ਉਹਨਾਂ 'ਤੇ 1 ਅਰਬ ਦਾ ਬਜਟ 'ਚੋਂ ਕੁਛ ਉਹਨਾਂ ਨੂੰ ਦਿੱਤਾ ਜਾਵੇ। ਬਹੁਤ ਕੁਛ ਹੋਇਆ ਜਾ ਸਕਦਾ, ਪਰ ਅੱਜ ਦੇ ਟਾਈਮ ਸਿੱਖ ਕੌਮ ਖੇਰੂ ਖੇਰੂ ਹੋ ਚੁੱਕੀ ਹੈ। ਨਾ ਭੁੱਲੋ ਸਾਡੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ, ਛੋਟੇ ਸਾਹਿਬਜ਼ਾਦੇ ਕਿੱਥੇ ਕਿੱਥੇ ਤੁਸੀਂ ਜਾ ਰਹੇ ਹੋ ਯਾਰ। ਮੈਂ ਇੱਕ ਛੋਟੀ ਜਿਹੀ ਵੀਡੀਓ ਅਗਲੀ ਵਾਰੀ ਬਣਾਉਣਾ ਚਾਹੂੰਗਾ, ਜਿਸ 'ਚ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਉਸ ਬਜਟ ਨੂੰ ਕਿੰਨੇ ਵਧੀਆ ਵੇ ਨਾਲ ਪੇਸ਼ ਕਰ ਸਕਦੇ ਹਾਂ, ਅੱਗੇ ਵਰਤ ਸਕਦੇ ਹਾਂ। ਪਰ ਅੱਜ ਦੇ ਇਸ ਵੀਡੀਓ 'ਚ ਮੈਂ ਇੱਕੋ ਹੀ ਗੱਲ ਦਾ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਕੋਈ ਕਿਸੇ ਨੇ ਉਪਰਾਲਾ ਕੀਤਾ ਹੈ ਨਾ SGPC ਨੂੰ ਚੇਂਜ ਕਰਨ ਦਾ, ਜਾਂ ਧਰਮ ਦੇ ਖਿਲਾਫ ਕੋਈ ਬੰਦਾ ਜੇ ਸਾਜਿਸ਼ ਕਰ ਰਿਹਾ ਉਹਨੂੰ ਕੱਢਣ ਦਾ, ਉਹਦਾ ਸਾਥ ਜ਼ਰੂਰ ਦਿਓ, ਪਿੱਛੇ ਨਾ ਹਟਿਓ ਵੀਰੋ। ਪਲੀਜ਼, ਮੈਂ ਤੁਹਾਡਾ ਛੋਟਾ ਭਰਾ ਹਾਂ, ਮੇਰਾ ਨਾਮ ਨਾ ਪੁੱਛਿਓ, ਮੇਰਾ ਨਾਮ ਅਨਜਾਨ ਸਿੰਘ ਹੈ। ਮੈਂ ਮਨਮੋਹਨ ਸਿੰਘ ਵੀ ਹੋ ਸਕਦਾ, ਮੈਂ ਬੇਅੰਤ ਸਿੰਘ ਵੀ ਹੋ ਸਕਦਾ, ਮੈਂ ਹਰਪਾਲ ਸਿੰਘ ਵੀ ਹੋ ਸਕਦਾ, ਮੈਂ ਕਿਹੜਾ ਮਰਜ਼ੀ ਸਿੰਘ ਹੋ ਸਕਦਾ, ਹੈ ਮੈਂ ਸਿੰਘ ਹਾਂ। ਅਤੇ ਮੈਨੂੰ ਆਪਣੇ ਸਿੱਖ ਕੌਮ ਦੀ ਬਹੁਤ ਜ਼ਿਆਦਾ ਚਿੰਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੁਹਾਡੇ ਸਭ 'ਤੇ ਮਿਹਰ ਭਰਿਆ ਹੱਥ ਰੱਖਣ, ਸਭ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਖੁਸ਼ੀਆਂ ਬਖਸ਼ਣ। ਪਰ ਇੱਕ ਗੱਲ ਯਾਦ ਰੱਖਿਓ, ਅਸੀਂ ਵੀ ਬਾਬਾ ਜੀ ਨੂੰ ਵਾਪਸ ਦੇਣਾ ਹੈ, ਇੱਕ ਖੁਸ਼ੀ ਖੁਸ਼ੀ ਵਾਲੀ, ਹੱਸਦੀ, ਖੇਡਦੀ ਹੋਈ, ਇਕੱਠੀ ਰਹਿੰਦੀ ਹੋਈ ਸਿੱਖ ਕੌਮ ਜੋ ਇਸ ਬੈਨਰ ਥੱਲੇ ਇਕੱਠੀ ਹੋਵੇ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਸਿੰਘਾਂ ਵਾਂਗ, ਜਿਹੜੇ 1.25 ਲੱਖ ਸੇ ਏਕ ਲੜਾਓ ਸੀ, ਉਹਨਾਂ ਵਾਂਗ ਇਕੱਠੀ ਹੋ ਸਕੇ, ਆਪਸ 'ਚ ਨਾ ਲੜਨ। ਨਾ ਮੈਨੂੰ ਖਾਲਿਸਤਾਨ ਚਾਹੀਦਾ, ਨਾ ਮੈਨੂੰ ਕੋਈ ਹੋਰ ਸਥਾਨ ਚਾਹੀਦਾ, ਮੈਨੂੰ ਮੇਰਾ ਪੰਜਾਬ ਚਾਹੀਦਾ, ਹੱਸਦਾ ਖੇਡਦਾ ਹੋਇਆ ਪੰਜਾਬ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਕਰਨੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਯਾਦ ਰੱਖਿਓ ਇਸ ਮੈਸੇਜ ਨੂੰ, ਪਲੀਜ਼ ਅੱਗੇ ਤੋਂ ਅੱਗੇ ਜ਼ਰੂਰ ਫੈਲਾਉਣਾ, ਅਤੇ ਸਭ ਨੂੰ ਹੱਸਦਾ ਖੇਡਦਾ ਹੋਇਆ ਪੰਜਾਬ ਬਣਾਉਣ ਦਾ ਸੰਦੇਸ਼ ਦੇਣਾ।